ਦੇਖੋ Google ਦੇ ਉੱਤੇ ਸਿੱਖ ਇਤਿਹਾਸ ਨੂੰ ਜਿਸ ਤਰੀਕੇ ਪੇਸ਼ ਕੀਤਾ ਜਾਂਦਾ ਹੈ ਜਾਂ ਜੋ ਜਾਣਕਾਰੀਆਂ ਸਾਹਮਣੇ ਆਉਂਦੀਆਂ ਕਿਉਂਕਿ ਆਮ ਜਿਹੜੀ ਪਬਲਿਕ ਹੈਗੀ ਹੈ ਜਿਹੜੇ ਸਿੱਖ ਇਤਿਹਾਸ ਤੋਂ ਜਾਣੂ ਨਹੀਂ ਹਨ ਉਹ Google ਸਰਚ ਕਰਕੇ ਬਹੁਤ ਸਾਰੀਆਂ ਦੂਜੇ ਧਰਮਾਂ ਦੇ ਲੋਕ ਵੀ ਸਿੱਖ ਧਰਮ ਦੇ ਬਾਰੇ ਗੱਲ ਕਰਦੇ ਆ ਜਿਵੇਂ ਤਾਜ਼ਾ ਮਾਮਲਾ ਸੈਂਟ ਜਾਰਜੀਆ ਸਕੂਲ ਦਵਾਰਕਾ ਦਾ ਜਿੱਥੇ 7ਵੀਂ ਕਲਾਸ ਦਾ ਜਿਹੜਾ ਪ੍ਰਸ਼ਨ ਹੈ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਤੀ ਜਨਕ ਜਿਹੜੇ ਆ ਉਹਦੇ ਉੱਤੇ ਸ਼ਬਦ ਲਿਖੇ ਗਏ ਸਵਾਲ ਕੀਤਾ ਗਿਆ ਸੋ ਮੈਂ ਇਹਨੂੰ ਆਪਣਾ ਫਰਜ਼ ਸਮਝਦੇ ਹੋਏ ਕਿ ਬਾਰ-ਬਾਰ ਇਸ ਤਰੀਕੇ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਗੁਰੂ ਅਰਜਨ ਦੇਵ ਜੀ ਦਾ ਇਤਿਹਾਸ ਸ਼ਹਾਦਤ ਦਾ ਇਤਿਹਾਸ ਸ਼ਬੀਲ ਦਾ ਇਤਿਹਾਸ Google ਦੇ ਉੱਤੇ ਗਲਤ ਤਰੀਕੇ ਨਾਲ ਦਰਜ ਹੈ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਇਸ ਦੇਸ਼ ਵਾਸਤੇ Hindu ਧਰਮ ਦੀ ਰੱਖਿਆ ਵਾਸਤੇ ਆਪਣੀ ਸ਼ਹਾਦਤ ਦਿੱਤੀ ਉਹਨਾਂ ਦਾ ਇਤਿਹਾਸ ਉਹਨਾਂ ਦੇ ਬਾਰੇ ਮੰਦੀ ਸ਼ਬਦਾਵਲੀ ਜਿਹੜੀ ਹੈ Google ਦੇ ਉੱਤੇ ਸਰਚ ਕਰੋ ਤਾਂ ਮਿਲਦੀ ਹੈ ਗੁਰੂ ਗਵਿੰਦ ਸਿੰਘ ਪਾਸ਼ਾ ਜਿਨ੍ਹਾਂ ਨੇ ਆਪਣਾ ਸਰਵੰਸਵਾਰ ਦਿੱਤਾ ਛੋਟੇ ਛੋਟੇ ਬੱਚੇ ਜਿਹੜੇ ਨੀਆਂ ਚ ਚੁਣਾ ਦਿੱਤੇ ਉਹਨਾਂ ਦੇ ਬਾਰੇ ਗਲਤ ਸ਼ਬਦਾਵਲੀ ਵਰਤੀ ਜਾਂਦੀ ਹੈ ਸੋ ਮੈਂ ਸ਼੍ਰੀ ਕਾਲ ਤਕ ਸਾਹਿਬ ਦੇ ਜੱਦਰ ਸਾਹਿਬ ਨੂੰ ਇੱਕ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉੱਚ ਸਤਰ ਦੀ ਕੋਈ ਕਮੇਟੀ ਜਿਹੜੀ ਸਿੱਖ ਵਿਦਵਾਨਾਂ ਦੀ ਬਣਾਈ ਜਾਵੇ ਜਿਹੜੀ ਘਟੋ ਘਟ ਗੂਗਲ ਦੇ ਨਾਲ ਗੱਲਬਾਤ ਕਰਕੇ ਜਿਹੜੇ ਵੀ ਕੰਟੈਂਟ ਗਲਤ ਤਰੀਕੇ ਦੇ ਉੱਥੇ ਪਾਏ ਗਏ ਹਨ ਉਹਨਾਂ ਨੂੰ ਜਾਂ ਤਾਂ ਹਟਾਇਆ ਜਾਵੇ ਔਰ ਅੱਗੋਂ ਤੋਂ ਕੋਈ ਵੀ ਕੰਟੈਂਟ ਅਗਰ Google ਦੇ ਵਿੱਚ ਪਾਇਆ ਜਾਵੇ ਤਾਂ ਉਹ ਜ਼ਰੂਰ ਕਿਤੇ ਨਾ ਕਿਤੇ ਉਹਨਾਂ ਵਿਦਵਾਨਾਂ ਦੀ ਨੌਲੇਜ ਦੇ ਵਿੱਚ ਗੱਲਬਾਤ ਕਰਕੇ ਪਾਇਆ ਜਾ ਕੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਜਿਹੜੇ ਨਿਊ ਜਨਰੇਸ਼ਨ ਹੈ ਉਹ ਸਾਡੇ ਜਿਹੜੇ ਇਤਿਹਾਸ ਦੇ ਨਾਲ ਸਹੀ ਤਰੀਕੇ ਦੀ ਜਾਣਕਾਰੀ ਲੈ ਸਕਣ ਸੋ ਮੈਂ ਜਿੱਥੇ ਇਹ ਮੰਗ ਕੀਤੀ ਹੈ ਉੱਥੇ ਅੱਜ ਮੈਂ ਤੁਹਾਡੇ ਚੈਨਲ ਤੇ ਐਚ ਆਰ ਡੀ ਮਿਨਿਸਟਰ ਨੂੰ ਇਹ ਮੰਗ ਕਰਨੀ ਚਾਹੁੰਦਾ ਕਿ ਜੋ NCERT ਦੀਆਂ ਕਿਤਾਬਾਂ ਹੈਗੀਆਂ ਉਹ ਵੀ ਦੇਖਣ ਚਾਹੁੰਦਾ ਹੈ ਕਿ ਉਹਨਾਂ ਦੇ ਵਿੱਚ ਬਹੁਤ ਸਾਰਾ ਸਿੱਖ ਇਤਿਹਾਸ ਜਿਹੜਾ ਉਹ ਗਲਤ ਤਰੀਕੇ ਦੇ ਨਾਲ ਦਰਜ ਕੀਤਾ ਜਾਂਦਾ ਹੈ ਜਾਂ ਪੇਸ਼ ਕੀਤਾ ਜਾਂਦਾ ਹੈ ਐਨਸੀਆਰਟੀ ਦੇ ਵਿੱਚ ਜਿਹੜੀ ਇੱਕ ਐਜੂਕੇਸ਼ਨ ਦੀ ਕਮੇਟੀ ਹੈ ਐਨਸੀਆਰਟੀ ਦੇ ਵਿੱਚ ਉਹਦੇ ਵਿੱਚ ਵੀ ਇੱਕ ਸਿੱਖ ਵਿਦਵਾਨ ਨੂੰ ਸ਼ਾਮਲ ਕੀਤਾ ਜਾਵੇ ਤਾਂ ਕਿ ਜਿਹੜਾ ਗੁਰੂ ਸਾਹਿਬਾਨ ਦਾ ਇਤਿਹਾਸ ਹੈ ਸਿੱਖਾਂ ਦਾ ਜਿਹੜਾ ਇਤਿਹਾਸ ਹੈ ਉਹਨੂੰ ਗਲਤ ਤਰੀਕੇ ਦੇ ਨਾਲ ਕੋਈ ਪੇਸ਼ ਨਾ ਕਰ ਸਕੇ ਸਹੀ ਤਰੀਕੇ ਦੇ ਨਾਲ ਸਿੱਖ ਧਰਮ ਦੀ ਜਾਣਕਾਰੀ ਦੂਜੇ ਧਰਮਾਂ ਦੇ ਵਿੱਚ ਵੀ ਜਾ ਸਕੇ